ਮੈਂ ਤਾਂ ਲੋਕਾਂ ਲਈ ਦੁਆਵਾਂ ਕਰਦਾ ਜੀ ਕਿ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ, ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਹਰੇਕ ਦੀ ਜੜ ਲਾਵੇ। ਔਰ ਇੱਦਾਂ ਜਦੋਂ ਮਤਲਬ ਅਚਨਚੇਤ ਬੱਚਿਆਂ ਦਾ ਜਾਣਾ ਬਹੁਤ ਪਰਿਵਾਰ ਦੇ ਲਈ ਇੱਕ ਬਹੁਤ ਵੱਡਾ ਭਾਣਾ ਹੁੰਦਾ। ਸੋ ਮੈਂ ਵਾਹਿਗੁਰੂ ਅੱਗੇ ਅਰਦਾਸ ਹੀ ਕਰ ਸਕਦਾ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਵੇ। ਐਂਡ ਪੇਰੈਂਟਸ ਨੂੰ ਜਾਂ ਦੂਸਰੇ ਨਾਲ ਮੇਰੀ ਬਹੁਤ ਵੱਡੀ ਹਮਦਰਦੀ ਹੈ, ਬਹੁਤ ਬਹੁਤ ਅਫਸੋਸ। ਔਰ ਬਾਕੀ ਸਾਰੀ ਆਵਾਮ ਨੂੰ, ਬਾਕੀ ਸਾਰੇ ਜਿਹੜੇ ਲੋਕ ਨੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਜ਼ਰੂਰ ਜਿਹੜੀ ਕੋਈ ਇੱਦਾਂ ਦੀ ਕੋਈ ਖੱਡੇ ਜਾਂ ਜਿਹੜਾ ਕੋਈ ਇੱਦਾਂ ਪਾਈਪ ਜਾਂ ਕੁਛ ਵੀ ਆ ਉਹਦੇ ਵਿੱਚ ਜ਼ਰੂਰ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਉਹਦੇ ਉੱਤੇ ਕੋਈ ਲੋਹੇ ਦੇ ਪਾਈਪ ਉਹਦੇ ਉੱਤੇ ਕੋਈ ਢੱਕਣ ਲਾਈਏ ਜਾਂ ਉਹਨੂੰ ਕੋਈ ਬੋਰੀ ਦੇ ਨਾਲ ਹੀ ਬੰਨ੍ਹ ਦਿੱਤਾ ਜਾਵੇ ਕੋਈ ਐਸੀ, ਜਿਹਦੇ ਕੋਈ ਬੱਚਾ ਜਾਂ ਕੋਈ ਹੋਰ ਚੀਜ਼ ਉਹਦੇ ਵਿੱਚ ਗਿਰ ਨਾ ਜਾਵੇ। ਸੋ ਇਹ ਖਿਆਲ ਰੱਖਣਾ ਚਾਹੀਦਾ। ਔਰ ਪ੍ਰਸ਼ਾਸਨ ਨੂੰ ਵੀ ਮੇਰੀ ਬੇਨਤੀ ਆ ਕਿ ਅੱਗੇ ਵੀ ਇੱਕ ਦੋ ਥਾਂ ਹੁੰਦੀ ਆ ਜਗ੍ਹਾ ਹੈਪਨ ਹੋ ਚੁੱਕੇ ਆ ਕਿ ਐਮਰਜੈਂਸੀ ਕੋਈ ਸਾਡੇ ਕੋਲ ਹੋਰ ਹੋਣੀਆਂ ਚਾਹੀਦੀਆਂ ਵਧੀਆ ਚੀਜ਼ਾਂ ਜਿਹੜੀਆਂ ਜਿਹਦੇ ਨਾਲ ਕੋਈ ਇੱਦਾਂ ਦੀ ਕੋਈ ਹੈਪਨ ਹੋਵੇ ਤਾਂ ਅਸੀਂ ਉਹਨੂੰ ਜਲਦੀ ਤੋਂ ਜਲਦੀ ਕੋਸ਼ਿਸ਼ ਕਰੀਏ ਕਿ ਮਤਲਬ ਜਿਵੇਂ ਜਿੰਨੀ ਛੇਤੀ ਵੀ ਹੋ ਸਕੇ। ਹੁਣ ਪਾਈਪ ਦੇ ਵਿੱਚ ਥੱਲੇ ਤਾਂ ਵੈਸੇ ਹੀ ਗੈਸ ਬਹੁਤ ਪੈਦਾ ਹੋਈ ਹੋਣੀ ਹੈ ਅਤੇ ਉੱਥੇ ਆਕਸੀਜਨ ਨਹੀਂ ਜਾ ਸਕਦੀ, ਉੱਥੋਂ ਗਰਮੀ ਇੰਨੀ ਆ, ਉੱਥੋਂ ਤੱਕ ਛੇਤੀ ਛੇਤੀ ਪਹੁੰਚਣ ਦੇ ਲਈ ਪ੍ਰਸ਼ਾਸਨ ਨੂੰ ਵੀ ਕੁਛ ਨਾ ਕੁਛ ਕਰਨਾ ਚਾਹੀਦਾ। ਦੇਖੋ ਜੀ, ਇੰਨੀ ਜ਼ਿੰਮੇਵਾਰੀ ਤਾਂ ਮੈਂ ਹੁਣ ਕੁਛ ਇਹਨੂੰ ਕੋਈ ਕਹਿ ਸਕਦਾ ਕਿਉਂਕਿ ਤਾਂ ਚਲੋ ਵਾਹਿਗੁਰੂ ਦਾ ਹੁਣ ਭਾਣਾ ਆ ਅਤੇ ਇਹੀ ਕੀਤਾ ਜਾ ਸਕਦਾ, ਲੇਕਿਨ ਗਾਂਹ ਤੋਂ ਆਪਾਂ ਬਚਾਅ ਕਰ ਸਕਦੇ ਹਾਂ। ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਜ਼ਰੂਰ ਬੱਚਿਆਂ ਦਾ ਖਿਆਲ ਰੱਖੋ। ਮੈਂ ਜਿਵੇਂ ਪਹਿਲਾਂ ਦੱਸਿਆ ਕਿ ਫੋਰਨ ਦੇ ਵਿੱਚ 12 ਸਾਲ ਤੱਕ ਬੱਚਾ ਇਕੱਲਾ ਰੋਡ ਕ੍ਰੋਸ ਨਹੀਂ ਕਰਨ ਦਿੰਦੇ, ਉਹਨੂੰ ਸੀਟ ਦੀ ਜਦੋਂ ਤੁਸੀਂ, ਮੈਂ ਵੈਸੇ ਵੀ ਜਦੋਂ ਇੱਥੇ ਆਉਂਦਾ ਮੈਂ ਵੇਖਦਾ ਗੱਡੀਆਂ ਦੇ ਵਿੱਚ ਵੀ ਬੱਚੇ ਸ਼ੀਸ਼ੇ ਨੂੰ ਬਾਏ ਬਾਏ ਕਰਨ ਡਾਏ ਹੁੰਦੇ, ਪਿੱਛੇ ਖੜੇ ਹੋ ਕੇ ਜੋ ਬ੍ਰੇਕ ਲੱਗੇ ਤਾਂ ਉਹਨੂੰ ਸੱਟ ਵੱਜ ਸਕਦੀ ਆ। ਸੋ ਇੱਦਾਂ ਦੇ ਚੱਕਰਾਂ ਤੋਂ ਉਹਨਾਂ ਨੂੰ ਬੈਲਟ ਲਾ ਕੇ ਰੱਖਣਾ ਚਾਹੀਦਾ ਔਰ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਵੱਧ ਤੋਂ ਵੱਧ। ਇਹੀ ਮੈਂ ਕਹਿੰਦਾ ਚਾਈਨਾ ਵਰਗਾ ਦੀ ਕੰਟਰੀ ਨੇ 300 ਫੁੱਟ ਦੇ ਵਿੱਚ 2 ਘੰਟੇ ਚ ਬੱਚਾ ਬਾਹਰ ਕੱਢ ਲਿਆ ਸੀ। ਹਾਂਜੀ, ਜਦਕਿ ਸਾਡੇ ਇੱਥੇ ਸਿਰਫ 120 ਫੁੱਟ ਦੇ ਵਿੱਚ ਉਹ ਵੀ 5 ਤੋਂ 6 ਦਿਨ ਲੱਗ ਗਏ ਤੇ ਤਾਂ ਵੀ ਬੱਚੇ ਦੀ ਡੈਥ ਹੋ ਗਈ। ਬਹੁਤ 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 ਅਫਸੋਸ ਦੀ ਗੱਲ ਹੈ। ਮੈਂ ਇਹੀ ਕਹਿ ਰਿਹਾ ਜੀ, ਮੈਂ ਬਿਲਕੁਲ ਇਹੀ ਕਹਿ ਰਿਹਾ ਜੀ, ਫੋਰਨ ਦੇ ਵਿੱਚ ਤਾਂ ਬਹੁਤ ਬਹੁਤ ਚੀਜ਼ਾਂ ਹੈਗੀਆਂ ਨੇ। ਸਾਨੂੰ ਹੋਰ ਜਿਹੜੀਆਂ ਮੈਂ ਸਮਝਦਾ ਕਿ ਚੀਜ਼ਾਂ ਵੱਲੋਂ ਥੋੜਾ ਜਿਹਾ ਧਿਆਨ ਹਟਾ ਕੇ ਇਹ ਚੀਜ਼ਾਂ ਨੂੰ ਬਗੈਰ, ਹੁਣ ਤੁਸੀਂ ਜਿਵੇਂ ਲਾ ਲਓ ਕਣਕਾਂ ਨੂੰ ਜਿਵੇਂ ਅੱਗ ਲੱਗ ਰਹੀ ਸੀ ਉਹਦੇ ਵਿੱਚ ਕੋਈ ਸਾਡੇ ਕੋਲ ਕੋਈ ਐਂਬੂਲੈਂਸ ਕੋਈ ਹੈ ਨਹੀਂ ਗਿਆ, ਕਿਦਾਂ ਨਾ ਆਇਆ, ਫਾਇਰ ਬ੍ਰਿਗੇਡ ਹੀ ਨਹੀਂ ਹੈਗੇ। ਸੋ ਹੋਰ ਚੀਜ਼ਾਂ ਬਹੁਤ ਸਾਰੀਆਂ, ਜਦੋਂ ਕੋਈ ਮਤਲਬ ਕਿਦਾਂ ਨਾ ਆਇਆ ਐਕਸੀਡੈਂਟ ਹੋ ਜਾਂਦਾ ਤੇ ਕੋਈ ਏਅਰ ਐਂਬੂਲੈਂਸ ਹੋਣੀ ਚਾਹੀਦੀ ਹੈ ਜਿਹੜੀ ਇੱਕਦਮ ਆਣ ਕੇ ਉੱਥੇ ਜਿਹੜਾ ਐਕਸੀਡੈਂਟ ਜਿਹਦਾ ਹੈਪਨ ਹੋਇਆ ਉਹਨੂੰ ਚੁੱਕ ਕੇ ਲੈ ਜਾਵੇ। ਇੱਦਾਂ ਦੀਆਂ ਚੀਜ਼ਾਂ ਦਾ ਬਹੁਤ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਇਹਦੇ ਲਈ, ਇਹਦੇ ਕਰਕੇ, ਕਿਉਂਕਿ ਲੋਕਾਂ ਦੀ ਗਵਰਨਮੈਂਟ ਆ ਤੇ ਲੋਕਾਂ ਬਾਰੇ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ। ਔਰ ਜਦੋਂ ਖਾਸ ਤੌਰ ਤੇ ਜਦੋਂ ਇੱਦਾਂ ਦਾ ਕੋਈ ਹੈਪਨ ਹੋ ਜਾਂਦਾ ਉੱਥੋਂ ਸਾਨੂੰ ਲੈਸਨ ਲੈਣਾ ਚਾਹੀਦਾ ਵੀ ਇਹ ਅੱਗੇ ਤੋਂ ਨਾ ਇੱਦਾਂ ਦਾ ਹੈਪਨ ਹੋਵੇ। ਆਪਣਾ ਦੇਸ਼ ਤਾਂ ਚਲੋ ਆਪਣਾ ਹੀ ਹੁੰਦਾ, ਮੈਂ ਤਾਂ ਹਮੇਸ਼ਾ ਕਹਿੰਦਾ ਜੀ ਜਿੰਦਵਾਹੀ ਜੇ ਚੱਲਿਓ ਪ੍ਰਦੇਸ਼ ਕਦੀ ਨਾ ਭੁੱਲੀ ਆਪਣਾ ਦੇਸ਼। ਅਸੀਂ ਤਾਂ ਨੱਠੇ ਆਉਂਦੇ, ਸਾਨੂੰ ਤਾਂ ਸੁਪਨੇ ਵੀ ਇੱਥੋਂ ਦੇ ਪੰਜਾਬ ਦੇ ਆਉਂਦੇ ਜਾਂ ਸਾਡੇ ਦੇਸ਼ ਦੇ ਆਉਂਦੇ ਆ, ਲੇਕਿਨ ਕਹਿਣਾ ਨਹੀਂ ਬਣਦਾ। ਪਰ ਹਾਂ, ਬਹੁਤ ਚੀਜ਼ਾਂ ਜਿਹੜੀਆਂ ਆ ਉਹ ਹਲੇ ਅਸੀਂ ਬਹੁਤ ਪਿੱਛੇ ਆ। ਔਰ ਅਸੀਂ ਫੋਰਨ ਚ ਬੈਠੇ ਬਹੁਤ ਫਤਿਹ ਲਈ ਵੀ ਬਹੁਤ ਫਿਕਰਮੰਦ ਸੀ, ਹਰ ਮੈਂ ਸਮਝਦਾ NRI ਬਹੁਤ ਹੀ ਫਿਕਰਮੰਦ ਸੀ, ਸਾਰਿਆਂ ਨੇ ਅਰਦਾਸਾਂ ਕੀਤੀਆਂ ਵਾਹਿਗੁਰੂ ਉਹਨੂੰ ਕਿਸੇ ਤਰ੍ਹਾਂ ਹੈ ਨਾ ਮਤਲਬ ਬਚਾ ਲਿਆ। ਲੇਕਿਨ ਜਦੋਂ ਔਰ ਸਾਡੀ ਜਿਹੜੀ ਫੋਰਨ ਦੀ ਪ੍ਰੈਸ ਵੀ ਆ ਜਾਂ ਫੋਰਨ ਦੇ ਗੋਰੇ ਨੇ, ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਇੱਦਾਂ ਕੋਈ ਬੱਚਾ ਜਾਂ ਕੋਈ ਇਸ ਚੀਜ਼ ਹੋ ਗਈ ਕਿ ਉਹਨਾਂ ਕੋਲ ਇੰਨਾ ਕੱਢਿਆ ਨਹੀਂ ਜਾਂਦਾ। ਸੋ ਇਹ ਬੜੀ ਬੜੀ ਮਤਲਬ ਹਾਸੋਹੀਣੀ ਜੀ ਗੱਲ ਲੱਗਦੀ ਆ ਕਿ ਸਾਡੇ ਕੋਲ ਉਹ ਚੀਜ਼ਾਂ ਕਿਉਂ ਨੇ। ਜਿਵੇਂ ਲਾਸਟ ਟਾਈਮ ਆਪਣੇ ਸ਼ਿਮਲੇ ਨੂੰ ਜਾਂਦਿਆਂ ਆਪਣੀ ਟਰੋਲੀ ਫਸ ਗਈ ਸੀ ਕੇਬਲ ਕਾਰ ਰਸਤੇ 'ਚ, ਉਹ ਮੇਰੇ ਖਿਆਲ 2 ਦਿਨ ਉਹਨੂੰ ਲੱਗ ਗਿਆ ਉਹਨੂੰ ਉਤਾਰਨ ਦੇ ਲਈ ਜਾਂ ਕੀ ਆ। ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਜਦੋਂ ਆਪਾਂ ਕੋਈ ਇੰਸ਼ੋਰੈਂਸ ਵੀ ਜਾਣੀ ਕਰਾਉਂਦੇ ਆ, ਇੰਸ਼ੋਰੈਂਸ ਤਾਂ ਕਰਾਉਂਦੇ ਵੀ ਕੋਈ ਹੈਪਨ ਨਾ ਹੋ ਜਾਵੇ।
ਇਹ ਜ਼ਰੂਰੀ ਨਹੀਂ ਹੈਪਨ ਹੋ ਜਾਵੇ ਤਾਂ ਫਿਰ ਹੀ ਤੁਸੀਂ ਸੋਚੋਗੇ। ਸੋ ਇਹਨਾਂ ਚੀਜ਼ਾਂ ਨੂੰ ਦੇਖ ਕੇ ਸਾਨੂੰ ਆਪ ਵੀ ਪਿੰਡਾਂ ਵਾਲਿਆਂ ਨੂੰ ਵੀ ਪਹਿਲੀ ਗੱਲ ਤਾਂ ਪੇਰੈਂਟਸ ਨੂੰ ਖਿਆਲ ਰੱਖਣਾ ਚਾਹੀਦਾ ਕਿ ਬੱਚਾ ਹੁਣ 2-3 ਸਾਲ 4 ਸਾਲ ਦਾ ਤਾਂ ਉਹਨੂੰ ਖਿਆਲ ਰੱਖਿਆ ਜਾਵੇ, ਜਾਂ ਉਹਨੂੰ ਪਤਾ ਜੇ ਘਰ ਦੇ ਵਿੱਚ ਕੋਈ ਇੱਦਾਂ ਦਾ ਕੋਈ ਥੋੜ੍ਹਾ ਕੋਈ ਬੋ ਰਿਹਾ ਜਾਂ ਕੋਈ ਹੋ ਰਿਹਾ ਉਹਨੂੰ ਢੱਕ ਕੇ ਰੱਖਿਆ ਜਾਵੇ, ਇਹ ਸਾਡੀ ਵੀ ਰਿਸਪੋਂਸੀਬਿਲਟੀ ਬਣਦੀ ਹੈ ਅਤੇ ਪ੍ਰਸ਼ਾਸਨ ਦੀ ਤਾਂ ਬਹੁਤ ਹੀ ਜ਼ਿੰਮੇਵਾਰੀ ਬਣਦੀ ਆ ਕਿ ਇੱਦਾਂ ਬਿਲਕੁਲ ਲੈਣੀ ਚਾਹੀਦੀ, ਬਿਲਕੁਲ ਇਹਦੇ ਪ੍ਰੋਪਰ ਕੋਈ ਮਤਲਬ ਪੂਰਾ ਮਹਿਕਮਾ ਹੋਣਾ ਚਾਹੀਦਾ ਇਹਦੇ ਲਈ, ਇੱਕ ਪ੍ਰਸ਼ਾਸਨ ਜਿਹਦੇ ਵਿੱਚ ਕੋਈ ਜਿੱਥੇ ਕੋਈ ਐਮਰਜੈਂਸੀ ਇੱਦਾਂ ਦੀ ਕੋਈ ਆਉਂਦੀ ਹੈ, ਕਈ ਵਾਰੀ ਖੂਹੀ ਆ ਜਦੋਂ ਕੱਢਦੇ ਸੀ ਲੋਕ ਉਦੋਂ ਖੂਹੀ ਦੇ ਵਿੱਚ ਵੀ ਇੱਦਾਂ ਦੱਬ ਹੋ ਜਾਂਦੇ ਸੀ, ਔਰ ਕਿੱਡੇ ਅਫਸੋਸ ਦੀ ਗੱਲ ਹੈ ਕਿ ਇੰਨੀਆਂ ਕੀਮਤੀ ਜਾਨਾਂ ਇੱਕ ਮਤਲਬ ਮਿੱਟੀ ਕੱਢਣ ਲੱਗਿਆ ਥੱਲੋਂ ਖੂਹੀ ਦੇ ਵਿੱਚ ਦੱਬ ਹੋ ਜਾਣੀਆਂ। ਸੋ ਸਾਨੂੰ ਤਾਂ ਉੱਥੇ ਬੇਟਾ ਸਾਡੇ ਅੱਖਾਂ 'ਚ ਅੱਥਰੂ ਆਉਂਦੇ ਕਿ ਯਾਰ ਕੀ ਅਸੀਂ ਆਪਣੇ ਮੁਲਕ ਲਈ ਕਰੀਏ, ਕੀ ਅਸੀਂ ਕਰ ਸਕਦੇ, ਸਾਡੀ ਕੋਈ ਜ਼ਿੰਮੇਵਾਰੀ ਲਾਵੇ ਗੌਰਮੈਂਟ, ਐਨ ਆਰ ਆਈ ਲਈ ਕੋਈ ਮਸ਼ੀਨ ਚਾਹੀਦੀ ਆ, ਕੋਈ ਹੋਰ ਚੀਜ਼ ਚਾਹੀਦੀ ਆ, ਅਸੀਂ 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 ਪੈਸੇ ਇਕੱਠੇ ਕਰਕੇ ਦੇ ਦਾਂਗੇ। ਹਾਂ ਕੱਢਿਆ ਜਾ ਸਕਦਾ ਸੀ, ਕਿਉਂਕਿ ਇੰਨਾ ਚਿਰ ਨਹੀਂ ਸੀ ਲੱਗਣਾ ਚਾਹੀਦਾ ਕੋਈ ਮਤਲਬ ਕਹਿਣ ਦਾ ਕਿ ਜੇ, ਕਿਉਂਕਿ ਸਾਡੇ ਕੋਲ ਸੁਵਿਧਾ ਹੀ ਹੈ ਨਹੀਂ ਕੋਈ ਜਿਹਦੇ ਨਾਲ ਉਹ ਕੱਢਿਆ ਜਾਵੇ। ਸਾਈਡ ਤੋਂ ਬੋਰ ਨੂੰ ਪੱਟਿਆ ਗਿਆ, ਇੰਨੀ ਦੂਰ ਦੂਰ ਤੱਕ ਜਾਣਨਾ ਉਹ ਮਤਲਬ ਕਿੱਦਾਂ ਕੀਤਾ ਜਾ ਸਕਦਾ, ਇਹਦੀ ਕੋਈ ਟ੍ਰੇਨਿੰਗ ਹੋਣੀ ਚਾਹੀਦੀ ਸੀ ਪਹਿਲਾਂ, ਮਤਲਬ ਹੁਣ ਅੱਗੇ ਤੋਂ ਹੀ ਦੇਖ ਲਓ ਕੋਈ ਗਾਂ ਫੇਰ ਵੀ ਹੈਪਨ ਹੋ ਸਕਦਾ, ਕੋਈ ਕੋਈ ਜਾਣ ਕੇ ਨਹੀਂ ਡਿੱਗਦਾ, ਕੋਈ ਜਿਹੜਾ ਐਕਸੀਡੈਂਟ ਹੈ ਐਕਸੀਡੈਂਟ ਤਾਂ ਕਦੇ ਵੀ ਹੋ ਸਕਦਾ। ਸੋ ਤੋਂ ਲੈਸਨ ਲੈਣਾ ਚਾਹੀਦਾ। ਸਰਕਾਰ ਨੂੰ ਕੀ ਅਪੀਲ ਕਰੋਗੇ ਕਿ ਮਤਲਬ ਇਹ ਚੀਜ਼ਾਂ ਬਾਰੇ ਧਿਆਨ ਦਿੱਤਾ ਜਾਵੇ, ਕੋਈ ਪ੍ਰਧਾਨ ਮੰਤਰੀ ਸਾਹਿਬ ਕੋਈ ਸਾਡੇ ਵੱਲੋਂ? ਬਿਲਕੁਲ ਜੀ, ਮੈਂ ਤਾਂ ਹੱਥ ਬੰਨ ਕੇ ਬੇਨਤੀ ਕਰਦਾ ਸਰਕਾਰ ਨੂੰ ਕਿ ਜ਼ਰੂਰ ਜਿਹੜੀਆਂ ਇਹੋ ਜਿਹੀਆਂ ਸੁਵਿਧਾ ਹੋਰ ਹੋਣੀਆਂ ਚਾਹੀਦੀਆਂ ਆ, ਔਰ ਜਿੱਦਾਂ ਪਿੰਡਾਂ ਦੇ ਵਿੱਚ ਮੈਂ ਜਿਵੇਂ ਪਹਿਲਾਂ ਦੱਸਦਾ ਸੀ, ਈਵਨ ਸਾਡੀ ਆਪਣੀ ਟਰਾਂਸਫਾਰਮ ਤੋਂ ਚਿਗਾੜਾ ਲੈ ਕੇ ਡਿੱਗ ਕੇ 6-7 ਕਿੱਲੇ ਸਾਡੀ ਆਪਣੀ ਕਣਕ ਲੂਸ ਗਈ, ਔਰ ਪਿੰਡਾਂ ਨੇ ਇਕੱਠਿਆਂ ਹੋ ਹੋ ਕੇ ਟਰੈਕਟਰਾਂ ਨਾਲ ਵਾਹ ਵਾਹ ਕੇ ਉਹਨੂੰ ਮਤਲਬ ਅੱਗ ਬੁਝਾਈ, ਕੋਈ ਫਾਇਰ ਕੋਈ ਉੱਥੇ ਬ੍ਰਿਗੇਡ ਨਹੀਂ ਹੈਗਾ, ਕੋਈ ਮਤਲਬ ਪਿੰਡਾਂ 'ਚ ਕੋਈ ਸਿਸਟਮ ਨਹੀਂ ਹੈਗਾ, ਜਦੋਂ ਕੋਈ ਅੱਗ ਲੱਗ ਜਾਂਦੀ ਜਾਂ ਤੁਸੀਂ ਇੰਨੇ ਭੀੜੇ ਬਾਜ਼ਾਰ ਨੇ ਉੱਥੇ ਐਂਬੂਲੈਂਸ ਜਾਂ ਉੱਥੇ ਮਤਲਬ ਫਾਇਰ ਬ੍ਰਿਗੇਡ ਜਾ ਹੀ ਨਹੀਂ ਸਕਦੀ, ਇਹ ਬਹੁਤ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ, ਔਰ ਟ੍ਰੈਫਿਕ ਇੰਨੀ ਆ ਕਿ ਉੱਥੋਂ ਦੀ ਲੰਘਿਆ ਹੀ ਨਹੀਂ ਜਾ ਸਕਦਾ, ਇਹ ਸਾਰੀਆਂ ਚੀਜ਼ਾਂ ਦੈਟਸ ਵਾਈ ਸਾਡੇ ਜਿਹੜੇ ਬੱਚੇ ਆ ਉਹ ਇੰਡੀਆ ਨੂੰ ਆਉਣ ਨੂੰ ਮੰਨਦੇ ਨਹੀਂ ਕਿ ਮਤਲਬ ਇੰਡੀਆ ਜਾਣਾ ਉੱਥੇ ਟ੍ਰੈਫਿਕ ਬੜਾ ਹੈ ਉੱਥੇ ਇਹ ਆ। ਸੋ ਗੌਰਮੈਂਟ ਨੂੰ ਬੜੀ ਬੜੀ ਨਿਮਰਤਾ ਸਹਿਤ ਬੇਨਤੀ ਆ ਕਿ ਇੱਦਾਂ ਦੀਆਂ ਚੀਜ਼ਾਂ ਤੋਂ ਸਾਨੂੰ ਕੁਝ ਸਿੱਖਣਾ ਚਾਹੀਦਾ ਹੈ, ਔਰ ਅੱਗੇ ਤੋਂ ਇੱਦਾਂ ਦੀ ਨਾ ਹੈਪਨ ਹੋਵੇ ਸਾਨੂੰ ਜ਼ਰੂਰ ਖਿਆਲ ਰੱਖਣਾ ਚਾਹੀਦਾ।